नहीं देखो इस वेले तो उम्मीदवार तो है ही नहीं कोई, संभावी जड़ा उम्मीदवार है, जिहड़ियां सारियां शिकायतां जे मैं कहां तकरीबन क्योंकि मेरे हथों निकल के जांदियां हैगियां, वो इदां कोई डायरेक्टली हजे कोई आई नहीं। ज्यादातर जिहड़ियां शिकायतां वो ये आ रहियां ने कि जी फलाना अफसर है या फलाना कर्मचारी है, ये अपने होम डिस्ट्रिक्ट पोस्टेड है, या ये जी ये फलानी पार्टी का उन्हों की हमायत करता है या उन्होंने उन्होंने फेवर करता है। सो इदा दिया शिकायत आईया है, एक अद्धी कोई शिकायत एक आई हैगी अज कोई क्रिकेट मैच को लैके, सो वो भी संभावी उम्मीदवार नहीं है। देखो ये जड़िया हम तुम्हें मैं शिकायत दसा, जेकर किसी भी आप अधिकारी की गल कर लीए, शिकायत हुई जी ये अपने होम डिस्ट्रिक्ट है, होम डिस्ट्रिक्ट विच वो अधिकारी जड़ा हैगा उदे ते प्रश्न चिन्ह लग जाता हैगा, जड़ा कि इलेक्शन दे नाल सीधे सीधे तौर पर जिमें एज डिप्टी कमिश्नर मैं या एज रिटर्निंग ऑफिसर जेडे होर साढ़े PCS या IAS अधिकारी ने, जिहड़ा बतौर रिटर्निंग ऑफिसर या बतौर सहायक रिटर्निंग ऑफिसर काम कर रहे हैं, वो इलेक्शन दे नाल सीधे सीधे तौर पर काम कर रहे होंगे। जिहड़ा कोई ऑफिसर उहदा कोई इलेक्शन नाल सीधे तौर पर कोई उहदा काम है नहीं, जिमें कोई किसी महकमे का एक्शन लैगा तो फिर वो खिलाफ वो जिहड़ियां इलेक्शन कमीशन दी गाइडलाइंस दे विच कवर हो जाता है, वो खिलाफ एक्शन बनता नहीं है, साड़ी सारी रिपोर्टिंग जिहड़ी हैगी उत्ते जाती है। ਜਿਹੜੇ ਸਰ 12,000 ਇੰਪਲਾਈ ਚਾਹੀਦੇ ਆ ਇਲੈਕਸ਼ਨ ਕਰਾਉਣ ਲਈ, ਉਹਦੇ ਵਿੱਚ ਲੇਡੀ ਸਟਾਫ ਨੂੰ ਕੋਈ ਛੂਟ ਹੈ ਥੋੜੀ ਬਹੁਤੀ ਜਾਂ ਬਰਾਬਰ ਦੇ ਦਿੱਤੇ ਜਾਂ? ਦੇਖੋ ਲੇਡੀ ਸਟਾਫ ਦਾ ਤਾਂ ਅਸੀਂ ਆਲ ਵਿਮੈਨ ਪੋਲਿੰਗ ਸਟੇਸ਼ਨ ਬਣਾਉਣੇ ਹੈ, ਅਸੀਂ ਹਰੇਕ ਹਲਕੇ ਦੇ ਵਿੱਚ ਅਸੀਂ 7-7 ਆਲ ਵਿਮੈਨ ਪੋਲਿੰਗ ਸਟੇਸ਼ਨ ਬਣਾਉਣੇ ਹੈ, ਜਿੱਥੇ ਤੱਕ ਕੋਈ ਪ੍ਰੈਗਨੈਂਟ ਲੇਡੀ ਹੈ ਜਾਂ ਕੋਈ ਲੈਕਟੇਟਿੰਗ ਮਦਰ ਹੈ, ਉਹ ਅਸੀਂ ਪਹਿਲਾਂ ਹੀ ਉਹਨਾਂ ਦੀ ਇਨਫੋਰਮੇਸ਼ਨ ਲੈ ਲਈ ਹੈਗੀ, ਅਸੀਂ ਉਹਨਾਂ ਨੂੰ ਛੋੜ ਦਿੰਦੇ। ਸਰ ਕਿਹੜੀ ਕਿਹੜੀ ਸ਼ਿਕਾਇਤਾਂ ਦੇ ਵਿੱਚ ਮਤਲਬ ਕਈ ਆਪਣੇ ਆਪ ਨੂੰ ਦੱਸਣਾ ਨਹੀਂ ਚਾਹੁੰਦੇ, ਉਹ ਸ਼ਿਕਾਇਤ ਜਦੋਂ ਤੁਹਾਡੇ ਕੋਲ ਕੋਈ ਆਉਂਦੀ ਹੈ ਇਦਾਂ ਵੀ ਹੁੰਦਾ ਕਿ ਬੰਦਾ ਨਹੀਂ ਦੱਸਦਾ ਆਪਣੀ ਸ਼ਿਕਾਇਤ ਦੁਬਾਰਾ, ਪਤਾ ਲੱਗਦਾ ਕਿ ਬੰਦਾ ਪਿੱਛੇ ਜਿਹੜਾ ਕਰ ਰਿਹਾ, ਕਿਉਂਕਿ ਕਈ ਬੰਦੇ ਇਸ ਗੱਲ ਤੋਂ ਕਲੀਕ ਕਰਦੇ ਨੇ ਕਿ ਸਾਨੂੰ ਬਾਅਦ 'ਚ ਟਾਰਗੇਟ ਕੀਤਾ ਜਾਵੇ? ਦੇਖੋ ਜਿਹੜੀਆਂ ਸ਼ਿਕਾਇਤਾਂ ਮੋਸਟਲੀ ਇਲੈਕਸ਼ਨ 'ਚ ਆਉਂਦੀਆਂ ਹੈਗੀਆਂ ਇਹ ਫਰਜ਼ੀ ਨਾਮ ਤੋਂ ਆਉਂਦੀਆਂ, ਲੇਕਿਨ ਅਸੀਂ ਉਹਦੇ ਫੈਕਟਸ ਜ਼ਰੂਰ ਅਸੀਂ ਵੈਰੀਫਾਈ ਕਰਦੇ ਹਾਂ, ਨਾਮ ਕੋਈ ਹੋਵੇ ਨਾ ਹੋਵੇ ਪਹਿਲਾਂ ਉਹਦੇ ਫੈਕਟਸ ਵੈਰੀਫਾਈ ਕਰ ਲੈਂਦੇ, ਫਿਰ ਜੇ ਸਾਨੂੰ ਐਂ ਲੱਗਦਾ ਕਿ ਇਹਦੇ ਵਿੱਚ ਡੁੰਗਾਈ 'ਚ ਜਾਣ ਵਾਸਤੇ ਸਾਨੂੰ ਕੰਪਲੇਨੈਂਟ ਨੂੰ ਸੱਦਣਾ ਪਏਗਾ, ਫਿਰ ਅਸੀਂ ਕੰਪਲੇਨੈਂਟ ਨੂੰ ਵੀ। ਸੋ ਚੋਣ ਯਾਤਰਾ ਲੱਗਣ ਤੋਂ ਬਾਅਦ ਜਿਹੜਾ ਸਾਡਾ ਮਾਡਲ ਕੋਡ ਆਫ ਕੰਡਕਟ ਮਤਲਬ ਜਿਹੜਾ ਹੈ ਉਹ ਲਾਗੂ ਹੋ ਜਾਂਦਾ ਹੈ, ਤੁਹਾਨੂੰ ਸਭ ਨੂੰ ਕਰਨਾ ਪਤਾ ਹੈ, ਤੇ ਉਸ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਕਾਫੀ ਸਾਰੀਆਂ ਕੁਝ ਡੂਜ਼ ਐਂਡ ਡੋਨਟਸ ਹੁੰਦੀਆਂ ਜਿਹਦੇ ਬਾਰੇ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਸਾਰਾ ਜਿਹੜਾ ਹੈ ਉਹਨਾਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ, ਜਿਹੜੇ ਮਾਡਲ ਕੋਡ ਆਫ ਕੰਡਕਟ ਦੀਆਂ ਜਿਹੜੀਆਂ ਗਾਈਡਲਾਈਨਸ ਹਨ ਜਿਹੜੀਆਂ ਉਹਨਾਂ ਨਾਲ ਸ਼ੇਅਰ ਕਰ ਦਿੱਤੀਆਂ, ਔਰ ਇਸ ਤੋਂ ਇਲਾਵਾ ਇੱਕ ਡੇ ਟੂ ਡੇ ਸਾਡੀ ਜਿਹੜੀ ਇੱਕ ਰਿਪੋਰਟ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਨੂੰ, ਜਿਹਦੇ ਵਿੱਚ ਆਰਓਜ਼ ਆਪਣੇ ਆਪਣੇ ਜੁਰਿਸਡਿਕਸ਼ਨ ਵਿੱਚ ਆਪਣੇ ਆਪਣੇ ਹਲ ਜੇ ਤਾਂ ਉਹਦੇ ਅਗੇ ਅੰਡਰ ਉਹ ਕਵਰ ਹੁੰਦਾ ਹੋਏਗਾ ਫਿਰ ਉਹਦਾ ਬਚਾਅ ਹੋ ਜਾਏਗਾ, ਨਹੀਂ ਕਵਰ ਹੁੰਦਾ ਹੋਏਗਾ ਤਾਂ ਫਿਰ ਉਹ ਡਾਇਰੈਕਸ਼ਨ ਚਲੀਆਂ ਜਾਂਦੀਆਂ ਟੂ ਦਾ ਅਥਾਰਟੀ ਵੀ ਨੂੰ ਬਦਲ ਕੇ। ECI ਨੇ ਸਰ 15 ਤੱਕ ਨੁੱਕੜ ਮੀਟਿੰਗਾਂ ਵੱਡੀ ਜਿਹੜਾ ਉਹ ਬਾਈ ਕੀ ਅੱਗੇ ਵਧਦੇ ਪੋਸਿਬਿਲਟੀ ਵਧੂਗੀ ਤੁਹਾਡੇ ਤੋਂ ਪਿੰਡ ਦਾ ਕਹਿੰਦੇ ਪਿੰਡ ਤੋਂ ਅੱਜ ਹੀ ਜਿਹੜੀ ਮੀਟਿੰਗ ਹੋਈ ਹੈ ਕੋਵਿਡ ਦੀ ਪ੍ਰਿੰਸੀਪਲ ਸੈਕਟਰੀ ਹੈਲਥ ਨਾਲ, ਉਹਦੇ ਵਿੱਚ ਜਿਹੜੇ ਆਪਣੇ ਪ੍ਰਿੰਸੀਪਲ ਸੈਕਟਰੀ ਹੋਮ ਅਫੇਅਰਸ ਵੀ ਸੀਗੇ, ਸੋ ਉਹ ਅੱਜ ਸ਼ਾਮ ਤਾਈਂ ਉਮੀਦ ਹੈ ਕਿ ਡਾਇਰੈਕਸ਼ਨਸ ਆ ਜਾਣਗੀਆਂ ਇਹ ਵਧੇਗੀ। ਸਰ ਪੇਡ ਨਿਊਜ਼ ਵਾਲਾ ਤੁਸੀਂ ਕਿਹਾ ਸੀ ਬੜਾ ਕਾਫੀ ਜਿਆਦਾ ਕੰਮ ਹੈ, ਮਤਲਬ ਉਹਨੂੰ ਪਛਾਣਨਾ ਜਿਹੜਾ ਉਹ ਕਮੇਟੀ ਕਿਵੇਂ ਡਿਸਾਈਡ ਕਰ ਰਹੀ ਹੈ? ਦੇਖੋ ਉਹ ਤਾਂ ਇੱਕ ਉਹਦੀ ਇਨਵੈਸਟੀਗੇਸ਼ਨ ਹੈ ਕਿਉਂਕਿ ਇੱਕ ਇਲੈਕਟੋਰਲ ਅਫੈਂਸ ਹੈ, ਕ੍ਰਿਮੀਨਲ ਅਫੈਂਸ ਹੈ, ਪਹਿਲਾਂ ਤਾਂ ਉਹਦੀ ਕੋਈ ਇਹਦੀ ਕਹਿ ਲਓ ਮੁੱਢਲੀ ਪੜਤਾਲ ਜਿਹਨੂੰ ਕਹਿੰਦੇ ਕਰਕੇ, ਉਸ ਤੋਂ ਬਾਅਦ ਇਹ ਪੁਲਿਸ ਨੂੰ ਰੈਫਰ ਹੋਏਗਾ ਕੇਸ, ਕਿਉਂਕਿ ਇਟਸ ਅ ਕ੍ਰਿਮੀਨਲ ਅਫੈਂਸ ਅੰਡਰ ਆਪਣੀ IPC ਦੇ ਅੰਡਰ ਵੀ ਔਰ ਆਪਣੀ ਰਿਪ੍ਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ। ਸਰ ਸ਼ਿਕਾਇਤ ਦੇ ਨਾਲ ਕੋਈ ਮਤਲਬ ਕੋਈ ਲੋੜ ਹੈ ਪ੍ਰੂਫ ਦੀ? ਪ੍ਰੂਫ ਤੋਂ ਬਗੈਰ ਤਾਂ ਫਿਰ ਆਪਾਂ ਕਿਸੇ ਨੂੰ ਵੀ ਉਲਝਾ ਸਕਦੇ ਹਾਂ। ਤੁਸੀਂ ਕਹਿ ਰਹੇ ਫਰਜ਼ੀ ਵੀ ਆ ਗਈ ਤਾਂ ਉਹਨੂੰ ਕਿਵੇਂ ਤੁਸੀਂ ਡਿਫੈਕਟ ਕਰਦੇ? ਫਰਜ਼ੀ ਨਹੀਂ, ਫਰਜ਼ੀ ਇਦਾਂ ਦੀ ਪੇਡ ਨਿਊਜ਼ ਦੀ ਹਜੇ ਕੁਝ ਇਦਾਂ ਦੀ ਨਹੀਂ ਹੈ, ਫਰਜ਼ੀ ਉਹ ਆਉਂਦੀਆਂ ਹੈਗੀਆਂ ਕਿਸੇ ਦੀ ਕਿਸੇ ਨਾਲ ਰੰਜਿਸ਼ ਹੈ, ਕੋਈ ਕਿਸੇ ਨਾਲ ਉਸੇ ਹੀ ਮਹਿਕਮੇ ਦਾ ਕੋਈ ਕਰਮਚਾਰੀ ਹੈ ਆਪਣੇ ਅਫਸਰ ਨਾਲ ਰੰਜਿਸ਼ ਰੱਖਦਾ ਹੈ, ਕੰਪਲੇਂਟ ਕਰ ਦਿਓ ਥੋੜੀ ਦੇਰ ਲਈ ਤੋਂ।
ਰੈਲੀਆਂ ਨਹੀਂ ਹੋ ਰਹੀਆਂ ਕਿਸ਼ੋਰ ਨੇ ਉਹਨਾਂ ਇਹਨਾਂ ਨੇ ਆਪਣਾ ਪ੍ਰਚਾਰ ਕਰਨਾ ਹੈ ਕੋਈ ਉਹਨਾਂ ਨੂੰ ਫੰਡ ਵਧਾ ਦਿਓ 40 ਲੱਖ 80 ਲੱਖ ਕਰ ਦਿਓ ਕੁਛ ਚੀਜ਼ਾਂ ਹੈਗੀਆਂ ਨਾ ਉਹ ਮੇਰੇ ਬਸ ਹੈ ਨਾ ਤੁਹਾਡੇ ਬਸ ਹੈਗੀਆਂ ਸੋ ਇਹਦੇ ਵਿੱਚ ਇਹ ਹੈ ਕਿ ਆਪਾਂ ਕੋਵਿਡ ਦਾ ਬਚਾਅ ਵੀ ਕਰਨਾ ਹੈਗਾ ਅੱਗੇ ਤਾਂ ਹੁੰਦੀਆਂ ਸੀਗੀਆਂ ਜਦੋਂ ਸਾਰੇ ਹਾਲਾਤ ਵੀ ਠੀਕ ਸੀਗੇ 2019 ਚ ਵੀ ਹੋਈਆਂ 2017 ਚ ਵੀ ਹੋਈਆਂ ਹੈਗੀਆਂ ਹੁਣ ਬਦਲੇ ਹੋਏ ਹਾਲਾਤਾਂ ਚ ਅੱਜ ਦੀ ਇਸ ਮੀਟਿੰਗ ਵਿੱਚ ਮੈਂ ਪਟਿਆਲਾ ਜ਼ਿਲ੍ਹਾ ਦੀ ਸਾਰੀ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਜੀ ਆਇਆਂ ਦਾ ਹਾਂ ਜਿਵੇਂ ਕਿ ਤੁਹਾਡੇ ਧਿਆਨ 'ਚ ਆਲਰੇਡੀ ਹੈ ਕਿ ਇਲੈਕਸ਼ਨ ਜਿਹੜੇ ਹੈਗੇ ਆ ਉਹ ਭਾਰਤ ਚੋਣ ਕਮਿਸ਼ਨ ਨੇ ਅਨਾਊਂਸ ਕਰ ਦਿੱਤੇ ਹੈ ਮੇਰਾ ਫੋਨ ਆ ਰਿਹਾ ਅੱਜ ਦੀ ਮੀਟਿੰਗ ਜਿਹੜੀ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਜ਼ਿਲ੍ਹਾ ਪਟਿਆਲਾ ਨਾਲ ਕੀਤੀ ਗਈ ਹੈ ਇਹਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਤੁਹਾਡੇ ਰਾਹੀਂ ਪਬਲਿਕ ਤੱਕ ਪੋਲੀਟੀਕਲ ਪਾਰਟੀਆਂ ਤੱਕ ਔਰ ਜਿਹੜੇ ਸਾਡੇ ਸੰਭਾਵੀ ਕੈਂਡੀਡੇਟ ਹੋਣਗੇ ਇਸ ਜ਼ਿਲ੍ਹੇ ਦੇ ਉਹਨਾਂ ਤਾਂ ਇਹ ਗੱਲ ਪੁੱਛਾ ਦਈਏ ਕਿ ਇਲੈਕਸ਼ਨ ਦੀ ਜਿਹੜੀ ਹੈ ਤਿਆਰੀ ਬੜੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈਗੀ ਮਾਡਲ ਕੋਡ ਆਫ ਕੰਡਕਟ ਜਿਹਨੂੰ ਚੋਣ ਜ਼ਾਬਤਾ ਕਹਿੰਦੇ ਹਾਂ ਆਦਰਸ਼ ਚੋਣ ਜ਼ਾਬਤਾ ਇਹ ਲੱਗ ਚੁੱਕਿਆ ਹੈ ਸਾਡਾ ਜਿਹੜੀ ਜਿਹੜਾ ਕੰਮ ਹੈ ਇਲੈਕਸ਼ਨ ਦਾ ਉਹ ਕੇਵਲ ਇਲੈਕਸ਼ਨ ਜਿਹੜਾ ਹੈਗਾ ਉਹ ਫਰੀ ਐਂਡ ਫੇਅਰ ਢੰਗ ਨਾਲ ਕਰਵਾਉਣਾ ਹੀ ਨਹੀਂ ਹੈ ਬਟ ਕਿ ਇਹ ਇਸ ਗੱਲ ਦਾ ਵੀ ਅਸੀਂ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਉਮੀਦਵਾਰ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਕੋਈ ਗਲਤ ਤਰੀਕਾ ਇਹਦਾ ਜਾਂ ਗਲਤ ਢੰਗ ਅਪਣਾਉਣ ਨਾ ਜਿਹਦੇ ਨਾਲ ਕਿ ਇਲੈਕਸ਼ਨ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ 'ਤੇ ਮਾੜਾ ਅਸਰ ਪਵੇ ਇਲੈਕਸ਼ਨ ਦਾ ਜਿਹੜਾ ਮੇਨ ਸਪਿਰਿਟ ਇਹ ਹੁੰਦੀ ਹੈਗੀ ਫਰੀ ਐਂਡ ਫੇਅਰ ਐਂਡ ਟਰਾਂਸਪੇਰੈਂਟ ਸੋ ਫਰੀ ਐਂਡ ਫੇਅਰ ਔਰ ਟਰਾਂਸਪੇਰੈਂਟ ਤਾਂ ਹੋਏਗਾ ਜੇਕਰ ਸਾਡਾ ਕੰਮ ਜਿਹੜਾ ਹੈਗਾ ਨਾ ਉਹ ਬਿਲਕੁਲ ਤਿਆਰੀ ਜਿਹੜੀ ਮੁਕੰਮਲ ਹੋਏਗੀ ਅਸੀਂ ਸਾਰੇ ਕੈਂਡੀਡੇਟਸ ਨੂੰ ਇੱਕੇ ਨਜ਼ਰ ਨਾਲ ਦੇਖਾਂਗੇ ਕਿਸੇ ਵੀ ਕਹਿ ਲਓ ਰੂਲਿੰਗ ਪਾਰਟੀ ਨੂੰ ਜਾਂ ਕਿਸੇ ਹੋਰ ਕੋਈ ਜਿਹੜੀ ਕੋਈ ਇਨਫਲੂਐਂਸ਼ੀਅਲ ਪਾਰਟੀ ਹੈ ਉਹਨੂੰ ਤਰਜੀਹ ਨਹੀਂ ਦਿਆਂਗੇ ਸਾਰਿਆਂ ਨੂੰ ਬਰਾਬਰ ਇੱਕੇ ਪਲੇਟਫਾਰਮ 'ਤੇ ਮੰਨ ਕੇ ਚੱਲਾਂਗੇ ਉਹ ਤਾਂ ਹੀ ਜਿਹੜਾ ਹੈ ਇਲੈਕਸ਼ਨ ਫਰੀ ਐਂਡ ਫੇਅਰ ਹੁੰਦਾ ਹੈਗਾ ਸ਼ਿਕਾਇਤਾਂ ਜੇਕਰ ਹੁੰਦੀਆਂ ਹਨ ਤਾਂ ਉਹਨਾਂ ਨੂੰ ਮਤਲਬ ਇੱਕੇ ਪਲੇਟਫਾਰਮ 'ਤੇ ਮਤਲਬ ਇੱਕੇ ਤਰੀਕੇ ਨਾਲ ਕਰੀਏ ਉਹਨੂੰ ਡੀਲ ਕੀਤਾ ਜਾਵੇ ਮੈਰਿਟਸ 'ਤੇ ਡੀਲ ਕੀਤਾ ਜਾਵੇ ਨਾ ਕਿ ਕੈਂਡੀਡੇਟ ਜਾਂ ਪੋਲੀਟੀਕਲ ਪਾਰਟੀ ਦੀ ਜਿਹੜੀ ਉਹਦੀ ਉਹਦਾ ਦੇਖ ਕੇ ਕਿ ਇਹ ਜੇ ਹੈਵੀ ਵੇਟ ਹੈ ਤਾਂ ਚਲੋ ਇੱਥੇ ਆਪਾਂ ਨਰਮ ਸਾਰਿਆਂ ਨੂੰ ਇੱਕ ਬਰਾਬਰ ਇੱਕ ਸਮਾਨ ਦੇਖ ਕੇ ਜਿਹੜਾ ਹੈ ਇੱਕ ਰਾਜ ਸਰ ਕੋਵਿਡ ਨੂੰ ਲੈ ਕੇ ਕਿੱਦਾਂ ਦੀ ਹਦਾਇਤਾਂ ਕੋਵਿਡ ਨੂੰ ਲੈ ਕੇ ਜਿਹੜੀਆਂ ਹਦਾਇਤਾਂ ਜੇ ਮੈਂ ਹੁਣ ਇਲੈਕਸ਼ਨ ਦੀ ਮੈਂ ਗੱਲ ਕਰਾਂ ਤਾਂ ਇਲੈਕਸ਼ਨ ਵਿੱਚ ਬਹੁਤ ਸਾਰੀ ਐਕਸਰਸਾਈਜ਼ ਬਹੁਤ ਸਾਰੇ ਅਰੇਂਜਮੈਂਟਸ ਇੱਦਾਂ ਦੇ ਕਰਨੇ ਪੈਂਦੇ ਜਿੱਥੇ ਇੱਕ ਟਾਈਮ 'ਤੇ 50-50 ਔਰ 100-100 ਬੰਦੇ ਵੀ ਇਕੱਠੇ ਹੁੰਦੇ ਜੇ ਮੈਂ ਪੋਲਿੰਗ ਸਟਾਫ ਦੀ ਰਿਹਰਸਲ ਜਾਂ ਉਹਨਾਂ ਦੀ ਟ੍ਰੇਨਿੰਗ ਦੀ ਗੱਲ ਕਰਦਾ ਹੈਗਾ ਅਤੇ ਹਰੇਕ ਰਿਟਰਨਿੰਗ ਆਫਿਸਰ ਦੇ ਹਲਕੇ ਵਿੱਚ ਮਤਲਬ 400 ਤੋਂ ਲੈ ਕੇ 600-650 ਦੇਖੋ ਉਹਦੇ ਵਿੱਚ ਇੱਦਾਂ ਹੈ ਕਿ ਅਸੀਂ ਨੋਰਮਲੀ ਇਹ ਕਿਹਾ ਜਾਂਦਾ ਹੈਗਾ ਕਿ 15 ਕੁ ਦਿਨਾਂ ਬਾਅਦ ਜਿਹੜੀ ਹੈ ਸੈਂਪਲਿੰਗ ਕਰਵਾ ਲੈਣੀ ਚਾਹੀਦੀ ਉਹ ਸੈਂਪਲਿੰਗ ਜਿਹੜੀ ਹੈਗੀ ਹੈ ਉਹ ਤੁਸੀਂ ਖੁਦ ਆਪ ਨੂੰ ਤਾਂ ਪਤਾ ਲੱਗ ਜਾਂਦਾ ਹੈਗਾ ਕਿ ਮੈਂ ਨੈਗੇਟਿਵ ਹੈ ਮੈਂ ਪੋਜ਼ਿਟਿਵ ਨਹੀਂ ਹੈਗਾ ਉਹਦਾ ਫਾਇਦਾ ਕੀ ਹੁੰਦਾ ਤੁਹਾਡੇ ਪਰਿਵਾਰ ਨੂੰ ਪਰਿਵਾਰ ਵਿੱਚ ਬੱਚੇ ਹੁੰਦੇ ਪਰਿਵਾਰ ਵਿੱਚ ਬਜ਼ੁਰਗ ਹੁੰਦੇ ਹੈਗੇ ਸੋ ਆਪਣੇ ਬਚਾਅ ਦੇ ਵਿੱਚ ਹੀ ਦੂਜਿਆਂ ਦਾ ਬਚਾਅ ਹੈ ਸੋ ਇਸ ਚੀਜ਼ ਨੂੰ ਮਾਇੰਡ 'ਚ ਰੱਖਾਂਗੇ ਅਸੀਂ ਤਾਂ ਜਦੋਂ ਸਾਡਾ ਨੇੜੇ ਅਸੀਂ ਪੋਲਿੰਗ ਦੇ ਨੇੜੇ ਜਾਵਾਂਗੇ ਅਤੇ ਅਸੀਂ ਥੋੜ੍ਹਾ ਜਿਹਾ ਸਿਮਟਮਸ 'ਤੇ ਖਿਆਲ ਰੱਖਾਂਗੇ ਅਸੀਂ ਜਦੋਂ ਡਿਊਟੀ ਜਾਂ ਥਰਡ ਰਿਹਰਸਲ ਜਾਂ ਡਿਸਪੈਚ ਹੋਏਗਾ ਉਦੋਂ ਮਾੜਾ ਮੋਟਾ ਇਸ ਗੱਲ ਦਾ ਉੱਥੇ ਖਿਆਲ ਰੱਖਾਂਗੇ ਵੀ ਇਹਦੇ ਕੋਈ ਇਹੋ ਜਿਹੇ ਲੱਛਣ ਤਾਂ ਨਹੀਂ ਹੈਗੇ ਖੰਘ ਜ਼ੁਕਾਮ ਖਾਂਸੀ ਇੱਦਾਂ ਬੁਖਾਰ ਦੇ ਸੋ ਇਸ ਚੀਜ਼ ਦਾ ਖਿਆਲ ਰੱਖਦੇ ਹੋਏ ਅਸੀਂ ਉਸ ਵੇਲੇ ਪੋਲਿੰਗ ਪਾਰਟੀਆਂ ਡਿਸਪੈਚ ਕੰਪਲੇਨੈਂਟ ਨੂੰ ਸੱਦਣਾ ਪਏਗਾ ਫਿਰ ਅਸੀਂ ਕੰਪਲੇਨੈਂਟ ਨੂੰ ਵੀ ਸੱਦਣ ਦੀ ਕੋਸ਼ਿਸ਼ ਕਰਦੇ ਹੈਗੇ ਲੇਕਿਨ ਹਜੇ ਮੈਂ ਜਿਵੇਂ ਤੁਹਾਨੂੰ ਦੱਸਿਆ ਹੈਗਾ ਹਜੇ ਤਾਂ ਸਿਰਫ ਫਰਜ਼ੀ ਆ ਰਹੀਆਂ ਹੈਗੀਆਂ ਕੋਈ ਕਿਸੇ ਦੇ ਅਗੇਂਸਟ ਆ ਰਹੀ ਹੈ ਕੋਈ ਕਿਸੇ ਦੇ ਅਗੇਂਸਟ ਆ ਰਹੀ ਹੈਗੀ ਲੇਕਿਨ ਸਾਬਤ ਹਜੇ ਇਹੋ ਜਿਹਾ ਕੁਝ ਨਹੀਂ
पुलिस जिहड़े मुलाजम ने उन्हां दे खिलाफ एक कंप्लेंट मैं हजे कल देख रहा सीगा। वह कंप्लेंट ये सी कि जी इस कर्मचारी नूं इत्थे पोस्ट होया नूं एक पर्टिकुलर जगह ते जी इहनूं 7 साल हो ते मुड़ के उत्थे वो फिर असी SSP साहब नूं भेज के ते उहदी रिपोर्ट फिर लै लांगे। फिर उहदे मुताबक जेकर वह कवर हुंदा होएगा एक इलैक्शन कमीशन की ट्रांस जिन्हां नूं रिहर्सल ट्रेनिंग देनी हुंदी। सो इलैक्शन कमीशन का हुण ये जिहड़ा निर्देश ये है कि कोविड का खास तौर पर ख्याल रखा जाए, ये ट्रेनिंग जिहड़ी हैगी नूं बैचेस से कर लिया जाए, छोटे छोटे टुकड़ियां च टीमां बना के उन्हां नूं उस हिसाब नाल ट्रेनिंग दित्ती जाए जिथे बहुत सारे लोग बहुत सारा इकट्ठ एक टाइम से ना हो। जेकर आपां स्टाफ की गल करते हैं कि स्टाफ भी कई बार बहुत सारे काम इहोजे करता हैगा जिथे 40-50 बंदे एक बार इकट्ठे हो जाते हैं, जिवें कि जदों पोलिंग जिहड़ा मटीरियल हुंदा उहदियां किट्स बनियां हुंदियां या जिहड़ियां मशीनां दी कमिशनिंग करनी हुंदी है उहदे विच वी एक टाइम ते उत्थे काफ़ी सारा स्टाफ हो जाता है। सो उन्हां नूं इह है कि वड्डे हॉल दे विच उन्हां नूं आपस विच सोशल डिस्टेंसिंग रख के मास्क वरत के सैनिटाइजर वरत के इन्हां चीज़ां दा ख्याल रखते हुए जिहड़ी इह तैयारी की जाए। और सब तो जिहड़ा अहम जिहड़ा फोकस एरिया हैगा वह वैक्सीनेशन का है, क्योंकि इलैक्शन कमीशन की यह हिदायत है कि उही स्टाफ जिहड़ा इलैक्शन ते ड्यूटी ते लगेगा जिन्हां दियां डबल वैक्सीनेशन हो। यदि डबल वैक्सीनेशन नहीं होएगी उन्होंने ड्यूटी पर नहीं मिलेगा। सो वैक्सीनेशन साढ़े वास्ते भी एक बड़ा वड्डा हुण चैलेंज बनया है, लेकिन ये तुहाडे राही मैं गल पहुँचाना चाहना लोगों तीन कि अपना वैक्सीनेशन की जिहड़ी गिनती है पिछले अबाउट 10-12 दिनों तो काफ़ी वध गई है। हुण असी तकरीबन साडा एवरेज जे आपां कढ़ीए तो 14,000 डेली वैक्सीनेशन होंदी हैगी पटियाला ते अज भी कोविड नूं लैके मीटिंग सी तो उहदे विच मेन फोकस जिहड़े साडे माहर ने जिहड़े साडे डॉक्टर ने साइंटिस्ट ने उन्होंने यही कहा है कि वैक्सीनेशन ते पूरा जोर दिता जाए। वैक्सीनेशन ही जिहड़ी है बचा करेगी, वैक्सीनेशन करवाण नाल जिहड़ी इहदी सिवियरिटी है या इहदी फटैलिटी हैगी है कोविड दी उह घटदी है। सो इस गल्लां ते कोविड पेशेंट वास्ते तुसीं इलैक्शन तों हट के गल कर रहे इलैक्शन दे विच जे किसी कोई कोविड हो जाता है तो एक तो होरी ड्यूटी तो उन्होंने हटा देंगे। दूसरा यह है कि वो वोट जी है वो पोस्टल बैलेट पेपर है। इलैक्शन दे विच जिहड़ा सब तो वड्डा चैलेंज जिहड़ा प्रशासन के सामने आया है वो ये है कि ओमिक्रॉन के आने नाल जिदा एक वेव चल रही है और इहदा स्प्रैड इन्ना ज्यादा है कोई पॉजिटिव हो जाता है तो उन्हों उहदी ड्यूटी हटा के उहदी थां ते रिप्लेसमेंट देना और इहदे नाल नाल जिन्नी तैयारी है भावें वह जिला प्रशासन वालों की जा रही है कि तो साढ़े वास्ते एक बड़ा वड्डा चैलेंज बन गया है कि कोविड के होंदया हुए इलैक्शन का सारा काम जिहड़ा हैगा सही तरीके नाल चलाना। इस गल का भी ध्यान रखना कि जिन्ना साडा स्टाफ है उहदे ते भी आपां जित हासिल की है। सो पॉसीबल ये ताही हुंदा है जदों तुसीं एज प्रेस साडा हाथ फड़ो हैंड होल्डिंग करो ते जिहड़ी भी चीज़ किते कोई गलत पाई जाती है हाईलाइट करो या साडे ध्यान में लियाओ या साडे जिहड़े कोई चंगे एफर्ट्स हैगे ने उन्हां नूं लोकां तक पहुँचाओ प्रिंट और इलैक्ट्रॉनिक मीडिया के राही। पासे जे मैं पोलिटिकल पार्टीज की गल करा या जिहड़े संभावी कैंडीडेट आ जे मैं उन्हां दी गल करा ते उन्हां दे उत्ते भी जिहड़े इह कोविड दा जिहड़ा प्रोटोकॉल है उह उन्हां नूं फॉलो करवाना ये सारिया गल्लां बड़िया मौजूदा हालात में बहुत औखे तरीके करनी।